ਸ੍ਰੀ ਵਾਹਿਗੁਰੂ
ਤੂੰ ਮੇਰੋ ਮੇਰ ਪਰਬਤ ਸੁਆਮੀ ਹੋਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨਾ ਜਾਣ ਨੀਚ ਮੂਰਖਾਰੇ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਆਤਨ ਲੱਗ ਜੀਵਾਂ ਪਿਆਰਿਆ ਚਿਰ ਪਉਦਾਰੇ ਚੰਨ ਦੇਖੇ ਆਤਨ ਲੱਗ ਜੀਵਾਂ ਪਿਆਰਿਆ ਚਿਰ ਪਉਦਾਰੇ ਚੰਨ ਦੇਖੇ ਆਤਨ ਲੱਗ ਜੀਵਾਂ ਦਿਆਲ ਨਾ ਤੁਮ ਸਰ ਹਮ ਸਰ ਦੀਨ
ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਵਜਮੀਨ ਪਰੰਗਾ, ਕਈ ਜਨਮ ਪੰਖੀ ਤਰਪ ਹੋਇਓ, ਕਈ ਜਨਮ ਹੈ ਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰਮਕਾਲ ਇਹ ਦੇਸ ਜਰੀਆ। ਅੱਖੀ ਮਾਈ ਬਾਪ ਪੁੱਤ ਕੇਰਾ, ਕਿਦੋਂ ਖਾਵੋ ਹਮਾਏ। ਅਗਨ ਬਿੰਬ ਜਲ ਭੀਤਰ ਨਿਭ ਜੈ, ਕਾਹੇ ਕੰਮ ਪਾਏ ਮੇਰੇ ਸਾਹਿਬਾ। ਕੌਣ ਜਾਣੇ ਗੁਣ ਤੇਰੇ, ਕਹੇ ਨ ਜਾਣੀ ਆਉ ਕੌਣ ਮੇਰ। ਕੇਤੇ ਰੁੱਖ ਬਿਰਖ ਹਮ ਚੀਨ, ਕੇਤੇ ਪਸੂ ਉਪਾਏ। ਕੇਤੇ ਨਾਗ ਕੁੜੀ ਮੈਂ, ਕੇਤੇ ਬੰਧ ਉਡਾਏ। ਸਾਥਾਂ ਲੱਗ ਜੀਵਾਂ ਪਿਆਰਿਆ, ਜਿਰ ਪੈ ਉਤਾਰੇ ਚੁੰਨ ਦੇਖੇ। ਸਾਥਾਂ ਕਰਦੇ ਨੂੰ ਬਹੁਤ ਜੁਗ ਬੀਤ ਗਏ, ਕਿਰਪਾ ਕਰਕੇ ਮੇਲ ਲਿਓ। ਸਾਥਾਂ ਕਰਦੇ ਨੂੰ ਬਹੁਤ ਜੁਗ ਬੀਤ ਗਏ, ਕਿਰਪਾ ਕਰਕੇ ਮੇਲ ਲਿਓ। Thank you.
ਕਿਰਪਾ ਕਰਕੇ ਮੇਲ ਦਿਓ। ਬਹੁਤ ਜਨਮ ਵਿਚਰੇ ਤੇ ਮਾਂ ਹੋਏ ਜਨਮ ਤੁਮਾਰੇ ਦੇਖੇ ਪੈਰ ਉਦਾਸ ਆਸ ਲੱਗ ਦਰਜਨ ਦੇਖੇ। ਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸਾਹਿਬ ਏ ਕਮਾਲ ਰਾਜਾਨ ਰਾਜ ਭਾਣਾ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਮਹਾਰਾਜ ਦਾ ਵਚਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੈ ਹਰ ਦਰਗੈ ਪਦ ਸਿਉਂ ਜਾਏਂਦਾ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕ ਨਹੀਂ ਆਵੈ। ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਜੈ ਕੀਰਤਨ ਤੇਰਾ ਸਾਧੂ ਗਾਵੈ ਤੈ ਮੇਰਾ ਮਨ ਲਾਗੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੁਰੁ ਲਿਖੇ ਕਾ ਲੈਣਾ। ਭਾਗਾਂ ਵਾਲਿਆਂ ਨੂੰ ਇਹ ਘੜੀ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿੰਨੋ ਸੋ ਲਾਭ। ਥੋੜ੍ਹਾ ਜਾਂ ਬਹੁਤਾ ਸਮਾਂ ਜਿੰਨਾ ਵੀ ਗੁਰੂ ਚਰਨਾਂ ਵਿੱਚ ਆਪਣਾ ਬਤੀਤ ਹੁੰਦਾ ਮਾਨੋ ਇਹ ਸੱਚਖੰਡ ਵਿੱਚ ਲੇਖੇ ਪੈਂਦਾ ਹੈ। ਭਾਈ ਨੰਦ ਲਾਲ ਦੇ ਕਥਨ ਅਨੁਸਾਰ ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸਾਂਝ ਥੇ ਫਜਰੇ। ਇਹ ਲੇਖੇ ਵਿੱਚ ਹੈ ਸਮਾਂ ਇੱਕ ਇੱਕ ਸੈਕਿੰਟ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੇ ਆਏ। ਇਹ ਬੈਕੁੰਠ ਹੀ ਹੈ ਜਿੱਥੇ ਆਪਾਂ ਬੈਠੇ ਹਾਂ। ਅੰਤਰ ਗੁਰ ਆਰਾਧਨਾ ਜੇਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਐ ਠਾਉ। ਇੱਥੇ ਵੀ ਦਰਗਾਹ ਸੱਚਖੰਡ ਦਾ ਨਜ਼ਾਰਾ ਔਰ ਇਹ ਸੀਰ ਛੱਡਣ ਤੋਂ ਬਾਅਦ ਵੀ ਦਰਗਾਹ ਵਿੱਚ ਥਾਂ ਮਿਲੇਗੀ। ਜਿਹੜੇ ਇਸ ਤਰ੍ਹਾਂ ਸਾਧਨਾ ਕਰਦੇ ਹਨ ਅੰਤਰ ਗੁਰੂ ਆਰਾਧਨਾ ਗੁਰੂ ਦਾ ਆਰਾਧਨ ਗੁਰ ਸ਼ਬਦ ਦਾ ਅਭਿਆਸ ਅੰਦਰ ਆਤਮੇ ਕਰਦੇ ਹਨ ਅੰਤਰ ਆਤਮੇ ਚੁੱਪ ਕਰਕੇ
ਜੇਬਾ, ਜੇਬਾ ਦੇ ਨਾਲ, ਰਤਨਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਹਨ। ਅੰਮ੍ਰਿਤ ਰਤਨਾ ਪੀਓ ਪਿਆਰੀ, ਅੰਮ੍ਰਿਤ ਰਤਨਾ ਰਤਨਾਂ ਦੁਆਰਾ, ਜਿਹਨੂੰ ਬੈਖੜੀ ਬਾਣੀ ਮਹਾਰਾਜ ਦੱਸਦੇ ਹੁੰਦੇ, ਬੈਖੜੀ ਬਾਣੀ ਦੁਆਰਾ ਵੀ ਸਿਮਰਨ ਕਰਦੇ ਹਨ। ਕਈ ਅੰਤਰਾਤਮੇ ਵੀ ਸਿਮਰਨ ਕਰਦੇ ਹਨ। ਇਸ ਜੁਗਤੀਆਂ ਹਨ, ਜਿੱਥੇ ਜਿੱਥੇ ਕਿਸੇ ਨੂੰ ਆਨੰਦ ਆਉਂਦਾ ਉੱਥੇ ਕਰ ਸਕਦਾ ਸਿਮਰਨ। ਜਦੋਂ ਇਸ ਤਰ੍ਹਾਂ ਨੇਤਰੀ ਸਤਿਗੁਰ ਵੇਖਣਾ, ਨੇਤਰਾਂ ਦੇ ਨਾਲ ਇੱਕ ਗੁਰੂ ਦੇ ਪ੍ਰਤੱਖ ਦਰਸ਼ਨ ਕਰ ਰਹੇ ਹਾਂ ਆਪਾਂ, ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਦਰਸ਼ਨ ਡਿੱਠੇ ਲਹਿਣ ਵਜੋਗਾ ਜੀਓ, ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਨੇਤਰੀ ਸਤਿਗੁਰ ਵੇਖਣਾ, ਅੰਤਰ ਆਤਮੇ ਵੀ ਦਰਸ਼ਨ ਹੁੰਦੇ ਹਨ। ਵੈਸੇ ਕਈ ਕਿਸਮ ਦੇ ਗਿਆਨੀ ਲੋਕ ਦਰਸ਼ਨ ਦੱਸਦੇ ਹਨ। ਇੱਕ ਤਾਂ ਹੋ ਗਿਆ ਪ੍ਰਤੱਖ ਦਰਸ਼ਨ, ਜਿਵੇਂ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ, ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਹੋ ਰਹੇ ਹਨ। ਇੱਕ ਕਹਿੰਦੇ ਸਰਵਣ ਦਰਸ਼ਨ ਹਨ, ਗੁਰੂ ਦੇ ਗੁਣ ਗਾਉਣੇ, ਗੁਰੂ ਦਾ ਜਸ ਕਰਨਾ, ਗੁਣ ਗਾਵ ਤੇਰੀ ਉਤਰ ਸਮੈਰ, ਬਿਨਤ ਜਾਏ ਹੋਮੈ ਵਿਕ ਪੈਰ। ਜਦੋਂ ਪ੍ਰਤੱਖ ਦਰਸ਼ਨ ਤੋਂ ਬਾਅਦ ਫਿਰ ਸਰਵਣ ਦਰਸ਼ਨ, ਇੱਕ ਨੇ ਪ੍ਰਤੱਖ ਦਰਸ਼ਨ ਕਰ ਲਏ, ਸੰਗਤ ਵਿੱਚ ਆ ਗਿਆ, ਉਹ ਫਿਰ ਦੂਜਿਆਂ ਨੂੰ ਦੱਸਦਾ ਜੀ ਉੱਥੇ ਬੜਾ ਆਨੰਦ ਆਇਆ, ਉੱਥੇ ਜੀ ਆਹ ਸ਼ਬਦ, ਉੱਥੇ ਜੀ ਆਹ ਵਿਚਾਰਾਂ ਹੋਈਆਂ, ਇਸ ਤਰ੍ਹਾਂ ਸਿਮਰਨ ਹੋਇਆ, ਇਸ ਤਰ੍ਹਾਂ ਆਹ ਸਾਰਾ ਕੁਛ ਉਹ ਸਰਵਣ ਕਰਕੇ ਉਹ ਆਨੰਦ ਲੈ ਰਿਹਾ। ਜਿਹੜਾ ਆਇਆ ਨਹੀਂ ਦੀਵਾਨ ਵਿੱਚ, ਉਹ ਸਰਵਣ ਕਰਕੇ ਆਨੰਦ ਲੈ ਰਿਹਾ, ਉਹਨੂੰ ਸਰਵਣ ਦਰਸ਼ਨ ਕਹਿੰਦੇ ਹਨ। ਇੱਕ ਫਿਰ ਚਿੱਤਰ ਦਰਸ਼ਨ ਹਨ, ਗੁਰ ਕੀ ਮੂਰਤ ਮਨ ਮੈਂ ਧਿਆਨ, ਇਹ ਚਿੱਤਰ ਦਰਸ਼ਨ ਹਨ। ਮਨ ਵਿੱਚ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਧਿਆਨ ਗੁਰਾਂ ਦੀ ਮੂਰਤ ਦਾ।
ਸ਼ਬਦ ਮੰਤਰ ਮਨ ਮਾਣ। ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਵਹਿਮ ਸਦਾ ਨਮਸਕਾਰੋ। ਮਤ ਕੋ ਭਰਮ ਭੁੱਲੈ ਸੰਸਾਰ, ਬਿਨ ਗੁਰ ਕੋਈ ਨਾ ਉਤਰ ਸਪਾਰ। ਭੁੱਲੇ ਕਉ ਗੁਰ ਮਾਰਗ ਪਾਇਆ, ਅਵਰ ਤਿਆਰ ਹਰ ਭਗਤੀ ਲਾਇਆ। ਜਿਵੇਂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਸਤਿਗੁਰਾਂ ਦਾ ਸੋਹਣਾ ਦਰਬਾਰ ਕੀਰਤਪੁਰ ਸਾਹਿਬ ਜੋਤ ਜਗਾਉਂਦੇ ਹਨ, ਕਾਬਲ ਤੋਂ ਬੇਅੰਤ ਸੰਗਤਾਂ ਆਈਆਂ ਹਨ, ਮਹਾਰਾਜ ਦੇ ਦਰਸ਼ਨ ਕੀਤੇ, ਮਹਾਰਾਜ ਦੇ ਗੁਣ ਗਾਏ ਪ੍ਰਤੱਖ ਰੂਪ ਦੇ ਵਿੱਚ। ਦਰਸ਼ਨ ਸਤਿਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾਂ, ਦਰਸ਼ਨ ਸਤਿਗੁਰ ਤੇਰਾ ਦੇਖ ਦੇਖ ਜੀਵਾਂ, ਦਰਸ਼ਨ ਕੀਤੇ ਅਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਬਹੁਤ ਦੂਰ ਤੋਂ ਆਏ ਹਾਂ, ਆਪ ਦਰਸ਼ਨ ਦਿਓ। ਧੰਨ ਭਾਗ ਸਾਡੇ ਹੁਣ ਦਰਸ਼ਨ ਹੋ ਗਏ ਤੁਹਾਡੇ, ਪਰ ਇੰਨੀ ਦੂਰ ਆਉਣ ਦਾ ਬੜਾ ਸਮੇਂ ਬਾਅਦ ਅਸੀਂ ਆਏ ਹਾਂ ਮਹਾਰਾਜ ਆਪ ਦੇ ਚਰਨਾਂ ਵਿੱਚ। ਜੋ ਆਨੰਦ ਮਾਣਿਆ ਇਹ ਆਨੰਦ ਉੱਥੇ ਵੀ ਅਸੀਂ ਮਾਣੀਏ ਜਦੋਂ ਆਪ ਸਰੀਰ ਕਰਕੇ ਦਰਸ਼ਨ ਦਿਓ। ਮਹਾਰਾਜ ਨੇ ਕਿਹਾ, ਸਾਧ ਸੰਗਤ ਠੀਕ ਹੈ, ਪਰ ਸਾਡੇ ਪਾਸ ਇੰਨਾ ਸਮਾਂ ਨਹੀਂ ਹੈ। ਪਤਾ ਸੀ ਮਹਾਰਾਜ ਨੂੰ ਵੀ ਸਾਡਾ ਸਮਾਂ ਬੜਾ ਥੋੜ੍ਹਾ ਹੈ। ਮੇਰਾ ਹੀ ਰੂਪ ਦਾਸ ਆਨਨ ਮੇਰੋ ਨਿਜ ਰੂਪ,
ਗੁਰੂ ਕਹਿੰਦਾ ਜਿਹੜੇ ਦਾਤ ਹਨ ਉਹ ਮੇਰਾ ਹੀ ਰੂਪ ਹਨ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਪ੍ਰਭੂ ਵਿੱਚ ਮਹਾਰਾਜ ਕਹਿੰਦੇ ਮੇਰੇ ਵਿੱਚ ਖਾਲਸੇ ਵਿੱਚ ਕੋਈ ਫਰਕ ਨਹੀਂ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋਂ ਕਰੋ ਨਿਵਾਸ। ਸੱਤਵੇਂ ਪਾਤਸ਼ਾਹ ਕਹਿੰਦੇ ਸਾਧ ਸੰਗਤ ਮੇਰਾ ਇਹ ਰੂਪ ਭਾਈ ਗੋਂਦਾ ਜੀ, ਇਹਨਾਂ ਨੂੰ ਲੈ ਜਾਓ। ਸੱਤ ਵਚਨ ਮਹਾਰਾਜ, ਜੇ ਤੁਸੀਂ ਵਚਨ ਕੀਤਾ ਫਿਰ ਤੁਹਾਡਾ ਹੀ ਰੂਪ ਹੈ, ਫਿਰ ਸਾਨੂੰ ਕੋਈ ਫਰਕ ਨਹੀਂ। ਭਾਈ ਗੋਂਦਾ ਜੀ ਗਏ ਹਨ, ਉਹੀ ਜੋ ਹਰ ਰੋਜ਼ ਦਾ ਅਭਿਆਸ ਹੈ ਗੁਰਸਿੱਖ ਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉੱਠਰ ਨਾਮ ਧਿਆਵੈ, ਉਦਮ ਕਰੇ ਭਰ ਕੇ ਪ੍ਰਭਾਤੀ, ਇਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਤ ਰਾਜ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਪਹਿਲਾਂ ਤਾਂ ਗੁਰੂ ਨੇ ਉਪਦੇਸ਼ ਕੀਤਾ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਸਿੱਖ ਨੂੰ ਉਪਦੇਸ਼ ਕਰਦੇ ਨੇ ਮਹਾਰਾਜ ਜੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸਿੱਖ ਅਖਾਏ ਸੋ ਭਰ ਕੇ ਉੱਠਰ ਨਾਮ ਧਿਆਵੈ। ਉਹ ਖਾ ਸਕਦਾ ਜਿਹੜਾ ਭਰ ਕੇ ਉੱਠ ਕਿ ਅੰਮ੍ਰਿਤ ਵੇਲਾ ਸੰਭਾਲੇਗਾ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਪਿੱਛਲ ਰਾਤੀ ਉੱਠ ਬਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਨਾ ਬਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਸਾਧ ਸੰਗ ਚਲ ਜਾਏ ਜੁੜੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿੱਤ ਗਾਏ ਸੁਣੰਦੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੋਂ ਭਰ ਕੇ ਉੱਠਰ ਨਾਮ ਧਿਆਵੈ, ਉਦਮ ਕਰੇ। ਉਦਮ ਤੋਂ ਤਾਂ ਬਿਨਾਂ ਆੜਸ ਨੂੰ ਜਿੱਤਿਆ ਨਹੀਂ ਜਾ ਸਕਦਾ ਸਾਧ ਸੰਗਤ, ਜਾਂ ਤਾਂ ਉਦਮ ਕਰ ਗਿਆ ਅਤੇ ਆੜਸ ਸਿੱਟਤੀ ਥੱਲੇ, ਜੇ ਉਦਮ ਨਾ ਕੀਤਾ ਤਾਂ ਆੜਸ ਨੇ ਇਹਨੂੰ ਸਿੱਟ ਲੈਣਾ। ਫਿਰ ਸਮਝ ਲਓ ਵੀ ਇਹਦਾ ਅੰਮ੍ਰਿਤ ਵੇਲਾ ਵੀ ਗਿਆ, ਸਭ ਕੁਛ ਹੀ ਗਿਆ। ਬਸ ਇੱਕ ਜਿਹੜੇ ਦੋ ਢਾਈ ਘੰਟੇ ਮਹਾਰਾਜ ਦਾ ਬਚਨ ਆ ਨਾ ਵੱਡੇ ਮਹਾਰਾਜ ਦਾ, ਵੀ ਢਾਈ ਘੰਟੇ ਘੱਟੋ ਘੱਟ ਤਿੰਨ ਘੰਟੇ ਸਮੇਂ ਦੇ ਵਿੱਚੋਂ ਦਸਵਾਂ ਹਿੱਸਾ ਬਣਦਾ ਹੈ। ਚੌਵੀ ਘੰਟਿਆਂ ਵਿੱਚੋਂ ਤਕਰੀਬਨ ਢਾਈ ਘੰਟੇ ਮੰਨ ਲਓ, ਤਿੰਨ ਘੰਟੇ ਕਹਿ ਦਿਓ, ਕਿ ਜਿੰਨਾ ਮਿੱਠਾ ਪਾਓ ਉਨਾ ਗੁੜ ਹੋਊ। ਆਨੰਦ ਮਾਨਣ ਵਾਲੇ ਤਾਂ ਸਾਰੀ ਜ਼ਿੰਦਗੀ ਲਾ ਦਿੰਦੇ ਨੇ, ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕਹਿ ਸਤ ਕਾਮ, ਊਠ ਬੈਠ ਸੋਭਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਦਿਨ ਰਾਤੀਆਂ ਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਉਹ ਤਾਂ ਦਿਨ ਰਾਤ ਅੱਠੋ ਪਹਿਰ, ਆਠ ਪਹਿਰ ਚੌਂਠ ਘੜੀ ਤੇ ਨਿਰਖਤ ਰਹਿ ਜੀਓ। ਅੱਠ ਪਹਿਰ ਹੋ ਗਏ, ਚੌਂਠ ਘੜੀਆਂ ਹੋ ਗਈਆਂ, ਯਾਨੀ ਕੋਈ ਸਮਾਂ ਹੈ ਹੀ ਨਹੀਂ ਬਈ ਜਦੋਂ ਉਹ ਪਰਮੇਸ਼ੁਰ ਨਾਲ ਨਾਂ ਜੁੜੇ ਹੋਣ, ਸੁੱਤੇ ਵੀ ਜੁੜੇ ਹੋਏ ਨੇ ਉਹ। ਉਹਨਾਂ ਨੇ ਵਚਨ ਕੀਤਾ ਨਾ, ਫਿਰ ਉਹਨਾਂ ਦੀ ਅਵਸਥਾ ਵਾਲਿਆਂ ਦੇ ਵਚਨ ਹਨ ਇਹ,
ਜਾਗਣ ਤੇ ਸੁਪਨਾ ਭਲਾ ਵਸੀਐ ਪ੍ਰਭ ਸੰਗ ਪ੍ਰਭਪਾਤ। ਉਹ ਜਾਗਣ ਤੋਂ ਸੁਪਨਾ ਵੀ ਚੰਗਾ ਹੈ, ਜੇ ਜਾਗਦਿਆਂ ਨੂੰ ਰੱਬ ਨੇ ਯਾਦ ਸੁਪਨੇ ਵਿੱਚ ਜੁੜ ਗਏ ਨਾ, ਸਮਝ ਲਓ ਸੁਪਨਾ ਧਨ ਭਾਗ, ਉਹ ਨੀਂਦ ਵੀ ਭਲੀ ਹੈ। ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਥੋਏ। ਸੋ ਇਸ ਤਰ੍ਹਾਂ ਉਪਦੇਸ਼ ਗੁਰੂ ਦਾ ਉਪਦੇਸ਼ ਗੁਰਸਿੱਖ ਨੂੰ ਹੋਇਆ ਹੈ। ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ। ਦਿਨ ਚੜ੍ਹੇ ਬਾਣੀ ਪੜ੍ਹਨੀ ਹੈ, ਚੜ੍ਹੈ ਦਿਵਸ ਗੁਰਬਾਣੀ ਗਾਵੇ, ਫਿਰ ਵਿਹਲੇ ਰਹਿਣਾ ਨਹੀਂ ਜੀ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਆਖਰ ਉਹ ਸਾਧਨਾ ਤੋਂ ਬਾਅਦ ਉਹਦੀ ਇੱਕ ਅਵਸਥਾ ਹੋ ਗਈ, ਉਹ ਕਿਹੜੀ? ਜੋ ਸਾਸ ਗਰਾਜ ਧਿਆਏ ਮੇਰਾ ਹਰ ਹਰ। ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਨਾ, ਜਿਹਨਾਂ ਸਾਸ ਗਰਾਸ ਨਾ ਵਿਤਰੈ, ਹਰ ਨਾਮਾ ਮਨ ਮੰਤ ਨੂੰ ਦਰਜਾ ਕੀ ਦਿੱਤਾ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹਨਾਂ ਨੇ ਵਿਸਰੈ ਨਾਮ ਸੇ ਕਨੇਹਿਆ, ਤਾਂ ਹੀ ਵਰਗੇ ਨੇ ਵਿਸਰੇ ਨਾਮ ਜਨਾ ਨੂੰ, ਤਾਂ ਹੀ ਵਰਗੇ ਨੇ ਵਿਸਰੇ ਨਾਮ ਜਨਾ ਨੂੰ, ਸਿੱਖ। ਪਹਿਲਾਂ ਤਾਂ ਸਿੱਖ ਸੀ, ਹੁਣ ਉਹਨੂੰ ਦਰਜਾ ਮਿਲ ਗਿਆ ਗੁਰਸਿੱਖ ਦਾ, ਕਿਉਂ ਨਾਮ ਗੁਰੂ ਦਾ ਜਪਿਆ। ਪਹਿਲਾਂ ਇਕੱਲਾ ਸਿੱਖ ਸੀ, ਹੁਣ ਗੁਰੂ ਨਾਲ ਡੱਗ ਗਿਆ। ਸੋ ਗੁਰਸਿੱਖ ਗੁਰੂ ਮਨ ਭਾਵ ਹੈ, ਗੁਰੂ ਨੂੰ ਚੰਗਾ ਲੱਗਦਾ, ਫਿਰ ਗੁਰੂ ਦੇ 'ਤੇ ਖੁਸ਼ੀਆਂ ਹੋ ਗਈਆਂ, ਇਹ ਕਹਿ ਲਓ। ਸੋ ਗੁਰਸਿੱਖ ਗੁਰੂ ਮਨ ਭਾਵ ਹੈ, ਜਿਸਨੂੰ ਦਿਆਲ ਹੋਵੇ, ਫਿਰ ਦਿਆਲ ਹੋ ਗਏ ਸਤਿਗੁਰੂ ਜੀ, ਕਿਰਪਾ ਕਰਨ ਲੱਗੇ ਨੇ, ਹੁਣ ਮਿਹਰ ਚ ਮਿਹਰ ਕਰ ਰਹੇ ਹਨ, ਮਿਹਰਬਾਨ ਨੇ। ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਉਪਦੇਸ਼ ਤਾਂ ਪਹਿਲਾਂ ਵੀ ਦਿੱਤਾ ਸੀ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋ, ਉਦੋਂ ਵੀ ਉਪਦੇਸ਼ ਦਿੱਤਾ। ਉਹ ਉਪਦੇਸ਼ ਸੀ ਕੂੜੇ ਆੜੇ ਵਾਲਾ, ਜਿੱਥੋਂ ਸਿੱਖੀ ਸ਼ੁਰੂ ਹੋਈ ਹੈ, ਪਰ ਇਹ ਉਪਦੇਸ਼ ਹੈ ਮੰਦਰ 'ਤੇ ਪਹੁੰਚ ਗਿਆ ਸਿੱਖ। ਤੂੰ ਤੂੰ ਕਰਤਾ ਤੂੰ ਹੂਆ,
मुझ में रहा न हूँ। जब आपा परका मिट गया जात देखा तत तू, तो ही मोही मोही तो ही अंतर कहता, कनक कटक जल तरंग जय था। हे विद करत तपस्या भयो, कली धर पातशाह दा बचन, द्वैते एक रूप होए गयो। ਹੁਣ ਉਹ ਗੁਰਸਿੱਖ ਨੂੰ ਉਪਦੇਸ਼ ਤੱਤ ਗਿਆਨ ਦਾ ਦੇ ਰਹੇ ਨੇ ਮਹਾਰਾਜ ਜੀ। ਦੁਬਾਰਾ ਉਪਦੇਸ਼ ਜਿਹੜਾ ਉਪਦੇਸ਼ ਹੈ ਉਹ ਤੱਤ ਗਿਆਨ ਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਉਹ ਕਿਹੜਾ ਉਪਦੇਸ਼ ਹੈ ਜੀ? ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਣ, ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਣ, ਮਨ ਤੂੰ ਜੋਤ ਰੂਪ ਹੈ ਤੇਰੇ ਨਾਲ ਹੈ। ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਗੁਰਮਤੀ ਰੰਗ ਮਾਣ, ਗੁਰਮਤੀ ਰੰਗ ਮਾਣ, ਜੋਤ ਸਰੂਪ ਹੈ ਤੂੰ, ਇਹ ਸਰੀਰ ਨਹੀਂ, ਤੂੰ ਆਤਮਾ ਹੈ, ਤੂੰ ਰੱਬ ਰੂਪ ਹੈ, ਤੂੰ ਪਰਮੇਸ਼ਰ ਤੂੰ ਹੀ ਹੈ। ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਸੋ ਇਸ ਤਰ੍ਹਾਂ ਇਹ ਤੱਤ ਗਿਆਨ ਦਾ ਉਪਦੇਸ਼ ਕੀਤਾ, ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਅਤੇ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਉਹ ਉਪਦੇਸ਼ ਤੋਂ ਬਾਅਦ ਫਿਰ ਆਪ ਹੀ ਦਰਜਾ ਦਿੰਦੇ ਹਨ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਕਿਹੜੇ ਦੀ? ਜੋ ਆਪ ਜਪੈ ਅਵਰੈ ਨਾਮ ਜਪਾਵੈ, ਉਹ ਹੈ ਭਾਈ ਗੁੰਦਾ ਜੀ। ਆਪ ਜਪੈ ਅਵਰੈ ਨਾਮ ਜਪਾਵੈ, ਆਪ ਜਪਦਾ ਹੈ ਅਤੇ ਗੁਰੂ ਦੇ ਹੁਕਮ ਅਨੁਸਾਰ ਜਪਾਉਂਦਾ ਹੈ ਹਰ ਰੋਜ਼। ਇਸ ਤਰ੍ਹਾਂ ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਨਾਲ ਜੁੜਦੀਆਂ ਨੇ ਸਾਧ ਸੰਗਤ, ਅਤੇ ਕੈਸਾ ਆਨੰਦ ਹੋਵੇਗਾ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ, ਹਰ ਰਸ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਤੁਰਤ ਸੋਈ ਜਾਣੇ ਸਹਿਜ ਸਮਾਜ ਲਗੀ, ਪਿਆਰੇ ਤੋਰਤ ਸੋਈ ਜਾਣੇ ਸਹਿਜ ਸਮਾਜ ਲਗੀ, ਪਿਆਰੇ ਤੋਰਤ ਸੋਈ ਜਾਣੇ ਸਹਿਜ
ਲੰਘਦਾ ਗਿਆ ਹਰ ਰੋਜ਼ ਗੁਰੂ ਚਰਨਾਂ ਦਾ ਧਿਆਨ ਭਾਈ ਗੋਂਦਾ ਜੀ ਧਰਦੇ ਹਨ। ਵੈਸੇ ਤਾਂ ਚਾਰ ਕਿਸਮ ਦੀ ਸਮਾਧੀ ਹੈ, ਸੌਖਾ ਕਰਨ ਵਾਸਤੇ ਦੋ ਕਿਸਮ ਦੀ ਸਮਾਧੀ, ਇੱਕ ਹੈ ਨਿਰਵਿਕਲਪ, ਇੱਕ ਹੈ ਸਾਵਿਕਲਪ। ਪਹਿਲਾਂ ਤਾਂ ਸਾਵਿਕਲਪ, ਵਿਕਲਪ ਸਹਿਤ ਫੁਰਨੇ ਨੇ, ਉੱਤੇ ਤਿੰਨ ਫੁਰਨੇ ਨੇ, ਗੁਰੂ ਬੈਠਾ, ਮੈਂ ਸਿੱਖ ਬੈਠਾ, ਔਰ ਤੀਜਾ ਧਿਆਨ। ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਨ, ਇਹਨੂੰ ਕਹਿੰਦੇ ਨੇ ਸਾਵਿਕਲਪ। ਪਰ ਜਦੋਂ ਜਿਹਨੇ ਧਿਆਨ ਧਰਿਆ ਉਹਨੂੰ ਕੋਈ ਪਤਾ ਨਹੀਂ ਮੈਂ ਧਿਆਨ ਧਰੀ ਬੈਠਾ, ਨਾ ਉਹਦੇ ਵਿੱਚ ਇਹ ਇੱਕੋ ਹੀ ਗੱਲ ਰਹਿ ਗਈ, ਦੋ ਖਤਮ ਹੋ ਗਏ, ਇੱਕ ਰਹਿ ਗਿਆ ਗੁਰੂ। ਗੁਰੂ ਹੁਣ ਕਹਿੰਦੇ ਧੇ, ਗੁਰੂ ਦਾ ਧਿਆਨ ਧਰਿਆ, ਧੇ ਕਹਿੰਦੇ ਆ ਜਿਹਦਾ ਧਿਆਨ ਧਰੀਏ, ਧੇ ਦੇ ਵਿੱਚ ਧਿਆਨੀ, ਉਹਦੀ ਸੁਰਤ ਮਿਲ ਗਈ। ਉਹਨੂੰ ਕਹਿੰਦੇ ਨੇ ਨਿਰਵਿਕਲਪ। ਨਿਰਵਿਕਲਪ ਜਦ ਫੁਰਨਾ ਹੀ ਕੋਈ ਨਹੀਂ, ਫਿਰ ਸਮੇਂ ਦਾ ਕੋਈ ਪਤਾ ਨਹੀਂ। ਅੱਜ ਨਿਰਵਿਕਲਪ ਸਮਾਧ ਲੱਗ ਗਈ ਭਾਈ ਗੋਂਦੇ ਦੀ, ਚਰਨਾਂ ਦਾ ਧਿਆਨ ਧਰਿਆ ਹੈ, ਸੱਤਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਸਮਾਧੀ ਲਾਈ, ਸੰਗਤ ਵਿੱਚ ਕੀਰਤਨ ਹੋ ਰਿਹਾ, ਬੈਠੇ ਨੇ, ਉਦੋਂ ਬਾਅਦ ਅਰਦਾਸ ਵੀ ਹੋਈ ਹੈ, ਕੜਾ ਪ੍ਰਸ਼ਾਦ ਵੀ ਵਰਤਾਇਆ, ਪਰ ਮਹਾਰਾਜ ਜੀ ਬਿਲਕੁਲ ਸਮਾਧ ਸਥਿਤ ਹਨ। ਦੁਪਹਿਰ ਦਾ ਪ੍ਰਸ਼ਾਦਾ ਵੀ ਉਹ ਵੀ ਛਕ ਲਿਆ ਸੰਗਤਾਂ ਨੇ, ਤਕਰੀਬਨ ਦੁਪਹਿਰ ਦੇ 2 ਵੱਜ ਗਏ। ਫਿਰ ਸਤਿਗੁਰਾਂ ਨੇ ਸਮਾਧੀ ਖੋਲ੍ਹੀ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕੀ ਕੱਤਕ ਸੀ, ਤੁਸੀਂ ਨਾ ਜਲ ਪਾਣੀ ਛਕਿਆ, ਨਾ ਅਰਦਾਸ ਵਿੱਚ ਉੱਠੇ, ਅਤੇ ਸਮਾਂ ਵੀ ਬਹੁਤ ਲੰਘ ਗਿਆ, ਕਈ ਘੰਟੇ ਹੋ ਗਏ ਨੇ। ਮਹਾਰਾਜ ਨੇ ਬਚਨ ਕੀਤਾ, ਭਾਈ ਮੇਰੇ ਵੱਤ ਨਹੀਂ ਹੈ, ਰੱਬ ਵੱਤ ਭਗਤਾਂ ਨੇ ਕੀਤਾ, ਰੱਬ
ਜੱਫਾ ਮਾਰਿਆ ਹੋਇਆ ਸੀ ਔਰ ਜਿੰਨੀ ਦੇਰ ਉਹਨੇ ਨਹੀਂ ਛੱਡੇ ਚਰਨ ਪਾਈ ਅਸੀਂ ਕਿਵੇਂ ਉੱਠ ਖੜਦੇ ਹਾਂ। ਅਤੇ ਉੱਧਰ ਗੁੰਦੇ ਦੀ ਵੀ ਸਮਾਧੀ ਉਹੀ ਸਮਾਂ ਐਸੇ ਆਨੰਦ ਵਿੱਚ ਪਤਾ ਹੀ ਨਹੀਂ ਲੱਗਿਆ। ਚਲੋ ਸਿਆਣੇ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਸਮੇਂ ਨੂੰ ਫਿਰ ਆਪਦਾ ਨੋਟ ਕਰ ਲੈਂਦੇ ਨੇ ਵੀ ਭਾਈ ਗੁੰਦਾ ਜਦੇ ਵੀ ਆਵੇ ਜਦੋਂ ਵੀ ਆਵੇ ਉਹਨੂੰ ਪੁੱਛਣਾ ਜ਼ਰੂਰ ਹੈ। ਜਦੋਂ ਭਾਈ ਗੁੰਦਾ ਆਇਆ ਅਤੇ ਬੇਨਤੀ ਕੀਤੀ ਸੰਗਤ ਨੇ, ਭਾਈ ਸਾਹਿਬ ਜੀ ਇੱਕ ਦਿਨ ਮਹਾਰਾਜ ਜੀ ਤਕਰੀਬਨ ਦੁਪਹਿਰ ਦਾ ਤੀਸਰੇ ਪਹਿਰ ਤੱਕ ਸਮਾਧ ਸਥਿਤ ਰਹੇ ਹਨ, ਕੀ ਤੁਹਾਡੀ ਵੀ ਸਮਾਧੀ ਲੱਗੀ ਰਹੀ? ਕਹਿੰਦੇ ਹਾਂ, ਮੈਨੂੰ ਵੀ ਨਹੀਂ ਪਤਾ ਲੱਗਿਆ 2:30-3 ਵਜੇ ਤੱਕ। ਉੱਧਰ ਉਹ ਪਿਆਰ ਦੇ ਵਿੱਚ ਕਨਗੀਧਰ ਪਾਤਸ਼ਾਹ ਦਾ ਬਚਨ ਹੈ ਨਾ, ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਤਾ ਨਾਮਦੇਵ ਜੀ ਦਾ ਤਾਂ ਬਚਨ ਇਹ ਵੀ ਹੈ ਨਾ, ਖੜਾ ਹੈ ਦੁਆਰੇ ਹਰ ਜੀ ਮੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਹਰ ਜੀ ਮੰਨਿਆ ਤੇਰਾ। ਸੋ ਕਹਿਣ ਦਾ ਭਾਵ ਧਿਆਨ ਦੇ ਵਿੱਚ ਸ਼ਕਤੀ ਹੈ। ਗੁਰੂ ਦੀ ਮੂਰਤ ਦਾ ਧਿਆਨ ਧਰ ਕੇ ਭਾਈ ਗੁੰਦਾ ਜੀ ਨੇ ਸਤਿਗੁਰਾਂ ਨੂੰ ਉੱਠਣ ਨਹੀਂ ਦਿੱਤਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਮੂਰਤ ਦੇ ਵੀ ਦਰਸ਼ਨ ਹੁੰਦੇ ਨੇ, ਪਹਿਲਾਂ ਪ੍ਰਤੱਖ ਦਰਸ਼ਨ ਹੋ ਗਏ, ਫਿਰ ਸਰਵਣ ਦਰਸ਼ਨ ਹੋ ਗਏ, ਫਿਰ ਮੂਰਤ ਦੇ ਦਰਸ਼ਨ ਹੋ ਗਏ, ਫਿਰ ਸੁਪਨ ਦਰਸ਼ਨ। ਸੁਪਨੇ ਵਿੱਚ ਵੀ ਗੁਰੂ ਦੇ ਦਰਸ਼ਨ, ਜਿਨ੍ਹਾਂ ਨੂੰ ਕਬੀਰ ਸਾਹਿਬ ਦਾ ਵਚਨ ਹੈ ਨਾ, ਜੇ ਮੁੱਖ ਨਿਕਸੈ ਰਾਮ ਸੁਪਨੇ ਹੂੰ ਬਰੜਾਇਕ ਹੈ, ਜੇ ਮੁੱਖ ਨਿਕਸੈ ਰਾਮ ਤਾਂ ਕਿ ਪੱਕੀ ਪਾਨ ਹੀ ਮੇਰੇ ਤਨ ਕੋ ਚਾਮ।
ਕਹਿੰਦੇ ਧੰਨ ਹੈ ਉਹ ਜਿਹੜਾ ਸੁਪਨੇ ਵਿੱਚ ਵੀ ਰਾਮ ਕਹਿੰਦਾ ਭਾਈ, ਸੁਪਨੇ ਵਿੱਚ ਵੀ ਕਈ ਪ੍ਰੇਮੀ ਵੱਡੇ ਮਹਾਰਾਜ ਦੇ ਦਰਸ਼ਨ, ਛੋਟੇ ਮਹਾਰਾਜ ਦੇ ਦਰਸ਼ਨ, ਜੈਦਾਰ ਮਹਾਰਾਜ ਦਰਸ਼ਨ ਦਿੰਦੇ ਨੇ ਭਾਈ, ਪ੍ਰੇਮ ਦੇ ਵੱਧੇ ਹੋਏ ਉਹ ਦਰਸ਼ਨ ਦਿੰਦੇ ਹਨ, ਸੁਪਨੇ ਵਿੱਚ ਦਰਸ਼ਨ ਦਿੰਦੇ ਹਨ। ਸੁਪਨ ਦਰਸ਼ਨ ਉਹ ਵਿਭਾਗਾਂ ਵਾਲਾਂ ਨੂੰ ਹੁੰਦੇ ਹਨ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਦਰਸ਼ਨ ਹੋਏ ਭਾਈ ਗੁਰਦਾਸ ਜੀ ਨੂੰ, ਆਜ ਮੋਰੇ ਆਏ ਹੈ ਪਵਨ ਪਵਿੱਤਰ ਮਿੱਤਰ, ਆਜ ਮੋਰੇ ਆਏ ਹੈ ਪਵਨ ਪਵਿੱਤਰ ਮਿੱਤਰ, ਜੇਬਾ ਜਪ ਗੁਰਨਾਮ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਮ, ਸਤਿਗੁਰ ਸੇਤੀ ਰੱਤਿਆਂ ਰੱਤਿਆ ਗਿਆ ਮਨ, ਇੱਕ ਮਿੱਕ ਹੋ ਗਿਆ ਗੁਰ ਸ਼ਬਦ ਦੇ ਨਾਲ। ਉਹਨੂੰ ਫਿਰ ਦਰਗਾਹ ਵਿੱਚ ਵੀ ਥਾਂ ਮਿਲਦਾ, ਇਹ ਵੀ ਇੱਕ ਦਰਗਾਹ ਸੱਚਖੰਡ ਦਾ ਹੀ ਨਜ਼ਾਰਾ ਬਣ ਜਾਂਦਾ ਹੈ। ਦਰਗੇ ਮਿਲਦਾ ਥਾਂ ਗੁਰਾਂ ਰੱਤਿਆਂ ਗੁਰਾਂ ਦੇ ਰੱਤਿਆਂ, ਦਰਗੇ ਮਿਲਦਾ ਗੁਰਾਂ ਦੇ ਨਾਲ ਰੱਤਿਆਂ, ਗੁਰਾਂ ਦੇ ਨਾਲ ਰੱਤਿਆਂ, ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਥਗਲੇ ਕੁਲ ਤਾਰੈ, ਹਰ ਦਰ ਕੈ ਪਦ ਸਿਉਂ ਜਾਇੰਦਾ, ਹਰ ਕੀਰਤ ਸਾਧ ਸੰਗਤ ਹੈ। ਜਿਵੇਂ ਆਪਾਂ ਗੁਰਚਰਨਾਂ ਵਿੱਚ ਜੁੜ ਬੈਠੇ ਹਾਂ ਸੰਗਤੀ ਰੂਪ ਦੇ ਵਿੱਚ, ਇਹ ਸਾਰੇ ਕਰਮਾਂ ਤੋਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਸਭ ਤੋਂ ਵੱਡਾ ਕਰਮ ਹੈ ਇਹ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਮਹਾਰਾਜ ਇਹ ਸਭ ਨੂੰ ਪ੍ਰਾਪਤ ਹੋ ਜਾਂਦਾ? ਕਹਿੰਦੇ ਨਾ ਭਾਈ। ਕਿਹਨਾਂ ਨੂੰ ਇਹ ਸਮਾਂ ਮਿਲਦਾ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਜਿਹਨੇ ਪੁਰਲੇ ਕਰਮ ਚੰਗੇ ਕੀਤੇ ਨੇ ਰੱਬ ਤੋਂ ਕੁਛ ਲੈਣਾ,
ਉਹ ਰੱਬ ਫਿਰ ਆਹ ਸਤਸੰਗ ਦੀ ਘੜੀ ਬਖਸ਼ਦਾ ਹੈ। ਸਾਧ ਸੰਗ ਜਾਓ ਤੁਮੇ ਮਿਲਾਇਓ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਹੈ। ਵਾਹਿਗੁਰੂ ਜੀ, ਤੁਸੀਂ ਸਾਨੂੰ ਸਾਧ ਸੰਗ ਦਾ ਮਿਲਾਪ ਕਰਾਇਆ। ਸਾਧ ਸੰਗ ਜੋ ਤੁਮੇ ਮਿਲਾਇਓ, ਉਹਦਾ ਕੀ ਆਨੰਦ ਆਇਆ। ਸੁਣੀ ਤੁਮਾਰੀ ਬਾਣੀ, ਸੁਣੀ ਨਾ ਬਾਣੀ ਆਪਾਂ, ਫਿਰ ਅੰਧ ਪਿਆ ਇਹ ਕਹਿਬੇ ਕੋ ਸੋਭਾ ਨਹੀਂ। ਅੰਧ ਪਿਆ ਪੇਖ ਸੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ। ਜੋ ਆਨੰਦ ਇਹ ਅਨੁਭਵ ਦਾ ਵਿਸ਼ਾ ਹੈ ਜੋ ਆਪਾਂ ਮਾਣ ਰਹੇ ਹਾਂ, ਇਹ ਆਨੰਦ ਹੋਰ ਕਿਤੇ ਨਹੀਂ ਮਿਲਣਾ। ਦੁਨੀਆਂ ਦੇ ਕਿਸੇ ਤਖਤੇ 'ਤੇ ਇਕੱਠ ਬਥੇਰੇ ਹੋਣਗੇ, ਰਾਗ ਰੰਗ ਬਥੇਰੇ ਹੋਣਗੇ, ਸਭ ਕੁਛ ਹੋਏਗਾ, ਪਰ ਜੋ ਆਨੰਦ ਪੂਰੇ ਗੁਰੂ ਦੇ ਚਰਨਾਂ ਵਿੱਚ ਹੈ, ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ, ਇਹ ਆਨੰਦ ਗੁਰੂ ਦੇ ਚਰਨਾਂ ਵਿੱਚ ਹੀ ਹੈ। ਭਾਗਾਂ ਵਾਲਿਆਂ ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲ ਥਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਪੂਰਵਲਾ ਕਰਮ ਜਾਗਿਆ, ਆਪਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋਇਆ, ਪੂਰਨ ਪੁਰਖਾਂ ਦੀ ਸੰਗਤ ਹੋਈ, ਅਤੇ ਹੋਰ ਗੁਰੂ ਤੋਂ ਕੀ ਲੈਣਾ, ਹੋਰ ਬਾਕੀ ਕੀ ਰਹਿ ਗਿਆ। ਹੁਣ ਤਾਂ ਇਹ ਹੈ ਮਹਾਰਾਜ, ਮਿਹਰ ਕਰੋ, ਹੁਣ ਮਿਹਰ ਕਰੋ, ਕਿਰਪਾ ਕਰੋ, ਇਹ ਚੱਕਰ 'ਚੋਂ ਕੱਢ ਲਓ ਸਾਨੂੰ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪਣਾ ਮਾਥਾ ਹੈ। ਫਿਰ ਇਹੀ ਬੇਨਤੀ ਕਰ ਲਈ ਆਪਾਂ, ਆਥਾਂ ਕਰਦੇ ਨੂੰ ਬਹੁਤ ਜੋਗ ਬੀਤ ਗਏ, ਕਿਰਪਾ ਕਰਕੇ ਮੇਰ ਲਿਓ, ਆਥਾਂ ਕਰਦੇ ਨੂੰ ਬਹੁਤ ਜੋਗ ਬੀਤ ਗਏ, ਕਿਰਪਾ ਕਰਕੇ ਮੇਰ ਲਿਓ, ਦਰਸ਼ਨ ਦੇ
ਅਰਦਾਸਾਂ ਨੇ ਗੁਰੂ ਅੱਗੇ ਹੀ ਹਨ। ਗੁਰੂ ਹੀ ਆਪਣੀਆਂ ਅਰਦਾਸਾਂ ਸੁਣ ਸਕਦਾ ਹੈ, ਕਿਉਂਕਿ ਗੁਰੂ ਦੀ ਬਾਬਤ ਪਰਮੇ ਗੁਰੂ ਪਾਤਸ਼ਾਹ ਨੇ ਬਚਨ ਲਿਖੇ ਨੇ ਨਾ, ਭੇਖ ਤਾਂ ਸੁਣ ਤਾਂ ਸਦਾ ਹੈ ਸੰਗੇ, ਉਹ ਦੇਖਦਾ ਵੀ ਹੈ ਆਪਣੀ ਸੁਣਦਾ ਵੀ ਹੈ। ਭੇਖ ਤਾਂ ਸੁਣ ਤਾਂ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਆਪਾਂ ਨੇ ਦੂਰ ਮੰਨ ਲਿਆ, ਉਹ ਤਾਂ ਇੰਨਾ ਨੇੜੇ ਹੈ ਕਹਿ ਰਵਦਾਸ ਆਸ ਪੈ ਨੇੜੇ, ਸਦਾ ਅੰਗ ਸੰਗੇ ਭੰਗੰਗ ਬਪੂਤੇ। ਸੋ ਇਸ ਕਰਕੇ ਉਹ ਸੁਣਦਾ ਵੀ ਹੈ, ਉਹ ਦੇਖਦਾ ਵੀ ਹੈ ਅਰਦਾਸਾਂ। ਕਦੇ ਵੀ ਉਹ ਇਹ ਨਹੀਂ ਹੈ ਵੀ ਉਹ ਸੁਣਦਾ ਨਹੀਂ ਹੈ, ਅਤੇ ਬਿਨ ਬੋਲਿਆਂ ਸਭ ਕੁਝ ਜਾਣਦਾ, ਬਿਨਾਂ ਬੋਲਿਆਂ ਹੀ ਉਹ ਤਾਂ ਜਾਣਦਾ ਹੈ। ਕਰਕੇ ਜ਼ਰੂਰ ਸਿੱਖ ਦੀ ਅਰਦਾਸ ਸੁਣੇਗਾ, ਔਰ ਸੁਣ ਕੇ ਫਿਰ ਉਹ ਬਾਂਹ ਫੜ ਲਏਗਾ। ਜਦੋਂ ਗੁਰੂ ਨੇ ਬਾਂਹ ਫੜ ਲਈ ਕਾਢੀ ਨਰਕ 'ਤੇ, ਤੂੰ ਆਪੇ ਨਰਕਾਂ ਵਿੱਚ ਜਾਣ ਹੀ ਨਹੀਂ ਦੇਣਾ, ਫਿਰ ਗੁਰੂ ਨੇ ਆਪਣੇ ਚਰਨੀ ਲਾ ਲੈਣਾ ਹੈ, ਇਹ ਚੱਕਰ 'ਚੋਂ ਕੱਢ ਲੈਣਾ ਹੈ। ਜਨਮ ਮਰਨ ਦਾ ਚੱਕਰ ਹੈ, ਭਵ ਸਾਗਰ ਹੈ। ਭਵ ਸਾਗਰ ਕੀ ਹੁੰਦਾ ਹੈ? ਜਿਹਦੇ ਵਿੱਚ ਸਾਗਰ ਦੇ ਵਿੱਚ ਬੜੇ ਮਗਰਮੱਛ, ਬੜੇ ਬੜੇ ਜਾਨਵਰ ਹੋਣ, ਅਤੇ ਇਹਦੇ ਵਿੱਚ ਸੰਸਾਰ ਭਵ ਸਾਗਰ ਵਿੱਚ ਵੀ ਬੜੇ ਮਗਰਮੱਛ ਹਨ, ਬੜੇ ਦੁੱਖ ਰੂਪ ਹਨ, ਬੜੇ ਦਰਿੰਦੇ ਹਨ। ਆਪਾਂ ਜਿਹੜੇ ਨੇ ਇਹ ਹੀ ਪਹਿਲਾਂ ਦੇਖ ਲਓ, ਇਹਨਾਂ 'ਤੇ ਕਾਬੂ ਪਾਉਣਾ ਔਖਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਵਿਦਿਆ, ਸਮਤਾ, ਰਾਗ, ਦੈਸ਼, ਭਿੰਨ ਵੇਸ਼, ਆਸਾ, ਤ੍ਰਿਸ਼ਨਾ, ਚਿੰਤਾ, ਪਤਾ ਨਹੀਂ ਕਿੰਨੇ ਕੁ ਕੂੜ ਕਬਾੜ ਇਕੱਠਾ ਹੋਇਆ ਹੈ, ਕਿੰਨੇ ਕੁ ਇਕੱਠੇ ਹੋ ਕੇ। ਇੱਕ ਮਹਾਰਾਜ ਧਾਰਨਾ ਪੜ੍ਹਦੇ ਹੁੰਦੇ ਸੀ, ਪੜ੍ਹ ਕੇ ਸਮਾਪਤੀ ਕਰੀਏ। ਜੀਵ ਇੱਕ ਤੇ ਚੁਕਾਰੀ ਨੇ ਬਹੁਤੇ, ਇੱਕ ਤੇਰੀ ਆਤਮਾਰਕਾ, ਜੀਵ ਇੱਕ ਤੇ ਚੁਕਾਰੀ ਨੇ ਬਹੁਤੇ, ਇੱਕ ਤੇਰੀ ਆਤਮਾਰਕਾ, ਇਕੱਲਾ ਹੀ ਹੈ ਜੀਵ, ਅਤੇ ਫਿਰ ਗੁਰੂ ਹੀ ਰਾਖਾ ਹੋ ਸਕਦਾ ਨਾ, ਗੁਰੂ ਹੀ ਉਹਨਾਂ ਤੋਂ ਬਚਾ ਸਕਦਾ, ਹੋਰ ਕੌਣ ਬਚਾਏਗਾ? ਮਹਾਂਪੁਰਸ਼ ਹੀ ਬਚਾ ਸਕਦੇ ਨੇ। ਕਰਕੇ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਇਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਹੋਈ, ਅਤੇ ਹੁਣ ਅਮਲ ਵਿੱਚ ਜੀਵਨ ਨੂੰ ਉਸ ਅਨੁਸਾਰ ਢਾਲਣਾ, ਇਹ ਹੁਣ ਆਪਣਾ ਵੀ ਇੱਕ ਕਰਮ ਬਣਦਾ ਬਈ। ਜੇ ਹੁਣ ਇੱਕ ਨੇ ਦੱਸ ਦਿੱਤਾ ਵੀ ਇੱਥੋਂ ਅੰਮ੍ਰਿਤਸਰ 50 ਕਿਲੋਮੀਟਰ ਹੈ ਭਾਈ, ਆਹ ਦੇਖ ਲਿਖਿਆ ਹੋਇਆ, ਅਤੇ ਉੱਥੇ ਬੈਠ ਗਿਆ, ਉੱਥੇ ਨੂੰ ਹੀ ਪੜ੍ਹੀ ਜਾਂਦਾ 50 ਕਿਲੋਮੀਟਰ ਹੈ,
ਉਹ 50 ਕਿਲੋਮੀਟਰ ਤਾਂ ਉਹਨੂੰ ਕਵਰ ਕਰੇਗਾ ਜੇ ਇੱਕ ਇੱਕ ਕਦਮ ਤੁਰੇਗਾ। ਚਾਹੇ ਹੌਲੀ ਹੌਲੀ ਜਾਏ, ਪੈਂਡਾ ਤਾਂ ਤਦੇ ਪੂਰਾ ਹੋਣਾ ਨਾ। ਅਤੇ ਮੰਦਰ ਬੜੀ ਦੂਰ ਹੈ ਔਰ ਸਮਾਂ ਬੜਾ ਥੋੜ੍ਹਾ ਹੈ। ਸਿਆਣੇ ਕਹਿੰਦੇ ਨੇ ਪੈਂਡਾ ਬਹੁਤਾ ਹੋਵੇ, ਸਮਾਂ ਥੋੜ੍ਹਾ ਹੋਵੇ, ਫਿਰ ਉਹ ਦੌੜ ਲੈਂਦਾ ਬਾਹੋਦਾਹੀ ਵੀ ਕਿਤੇ ਰਾਤ ਨਾ ਪੈ ਜੇ। ਉਹ ਭੱਜ ਕੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਇਸੇ ਤਰ੍ਹਾਂ ਸਮਾਂ ਕਿੰਨਾ ਕੁ ਹੈ ਮਹਾਰਾਜ ਤੋਂ ਪੁੱਛੀਏ, ਇੱਕ ਸਵਾਸ ਦਾ ਵੀ ਵਸਾ ਨਹੀਂ ਹੈ। ਹਮ ਆਦਮੀ ਆ ਇੱਕਦਮ ਹੀ, ਇੰਨਾ ਕੀ ਹੈ ਬਸ, ਮੁਹਲਤ ਮੁਹਤ ਨਾ ਜਾਣਾ। ਨਾਨਕ ਬਿਨ ਵੈ ਤਿਥੈ ਸਰੇਵੋ ਜਾ ਕੇ ਜੀ ਪੁਰਾਣਾ। ਸੋ ਮੰਦਰ ਬੜੀ ਅਜੇ ਬਹੁਤ ਕੁਛ ਕਰਨ ਨੂੰ ਬਾਕੀ ਹੈ। ਅਤੇ ਹੁਣ ਤਾਂ ਇਹ ਹੈ ਵੀ ਗੁਰੂ ਕਰੇ ਤਾਂ ਕਰੇ, ਗੁਰੂ ਤੋਂ ਬਿਨਾਂ ਇਹ ਮੰਜ਼ਿਲ ਤੈਅ ਨਹੀਂ ਹੋਣੀ, ਨਹੀਂ ਤਾਂ ਰਸਤੇ 'ਚ ਹੀ ਰਹਿ ਜਾਂਗੇ ਆਪਾਂ। ਅਤੇ ਗੁਰੂ ਦੇ ਚਰਨੀ ਲੱਗੀਏ, ਖੰਡੇ ਵੱਟ ਦਾ ਅੰਮ੍ਰਿਤ ਛਕੀਏ ਅਤੇ ਗੁਰੂ ਦੇ ਹੁਕਮਾਂ 'ਤੇ ਪਹਿਰਾ ਦੇਈਏ। ਆ ਇੱਕ ਸਾਲ ਹੋਣ ਵਾਲਾ ਨਵੇਂ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 15 ਤਰੀਕ ਦਾ ਤਾਤ ਸੰਗਤ, ਉਦੋਂ ਬੇਨਤੀ ਕੀਤੀ ਸੀ ਸੰਗਤ ਨੂੰ ਵੀ 3 ਵਜੇ ਆਪਾਂ ਨੇ ਨਾਗਾ ਨਹੀਂ ਪਾਉਣਾ, ਪਰ ਕਈ ਕਾਰਨਾਂ ਕਰਕੇ ਭਾਈ ਅਸੀਂ ਵੀ ਵਿਛੜੇ ਹੋ ਗਏ, ਸਰੀਰ ਕਰਕੇ ਕਈ ਕਾਰਨ ਹੋ ਜਾਂਦੇ ਨੇ। ਨਾਗਾ ਤਾਂ ਹਰ ਇੱਕ 'ਤੇ ਪੈ ਜਾਂਦਾ, ਇਹੀ ਜੀ ਕੋਈ ਗੱਲ ਨਹੀਂ, ਗੁਰੂ ਫਿਰ ਵੀ ਬਖਸ਼ਾਂਦਾ ਹਨ, ਕੋਈ ਗੱਲ ਨਹੀਂ। ਮਨ ਵਿੱਚ ਚਾਹ ਤਾਂ ਨਾ ਹੈ, ਚਾਹ ਤਾਂ ਹੈ ਨਾ, ਚਾਹ ਹੈ ਜੇ ਫਿਰ ਕੋਈ ਗੱਲ ਨਹੀਂ। ਬੱਚਾ ਮਿਹਨਤ ਕਰਦਾ ਅਤੇ ਜੇ ਕਿਸੇ ਕਾਰਨ ਕਰਕੇ ਉਹਦੇ ਨੰਬਰ ਘੱਟ ਆ ਜਾਣ, ਉਹਨੂੰ ਗ੍ਰੇਸ ਮਾਰਕ ਮਿਲ ਜਾਂਦੇ ਨੇ, ਵੀ ਇਹਨੂੰ ਰੈਤੀ ਪਾਸ ਕਰ ਦਿਓ, ਗੁਰੂ ਮਿਹਰ ਕਰ ਦਿੰਦਾ ਹੈ, ਤਰਸ ਪਿਆ, ਗੁਰੂ ਨੂੰ ਤਰਸ ਆ ਜਾਂਦਾ। ਫਿਰ ਵੀ ਇਹਨੇ ਮਿਹਨਤ ਤਾਂ ਬੜੀ ਕੀਤੀ, ਵੀ ਕੋਈ ਗੱਲ ਨਹੀਂ, ਕਿਸੇ ਕਾਰਨ ਕਰਕੇ ਅਜੇ ਮੰਦਰ 'ਤੇ ਨਹੀਂ ਪਹੁੰਚ ਸਕਿਆ ਹੈ, ਹੁਣ ਮੈਂ ਮਦਦ ਕਰ ਦਿੰਦਾ। ਤਰਸ ਪਿਆ, ਮਿਹਰਮਤ ਹੋਈ, ਮਿਹਰ 'ਚ ਮਿਹਰ ਦੇ ਘਰ ਵਿੱਚ ਆ ਗਏ। ਉਹਦਾ ਫਿਰ ਉਹਦੀ ਮਿਹਰ ਦਾ ਸਦਕਾ ਸਤਿਗੁਰ ਸੱਜਣ ਮਿਲਿਆ, ਸਤਿਗੁਰੂ ਮਿਲ ਗਿਆ, ਪਰਮੇਸ਼ਰ ਮਿਲ ਗਿਆ, ਆਵਣ ਜਾਵਣ ਖਤਮ ਹੋ ਗਿਆ ਸਾਰਾ। ਇਸ ਕਰਕੇ ਇਹ ਯੁਗਤੀਆਂ ਮਹਾਰਾਜ ਆਪਾਂ ਨੂੰ ਦੱਸਦੇ ਹੁੰਦੇ, ਇਹਨਾਂ 'ਤੇ ਅਮਲ ਕਰੀਏ। ਅਗਲੀ ਜੋ ਮੱਥਿਆ 1 ਦਸੰਬਰ ਦੀ ਹੈ ਸਤਸੰਗ, ਅਤੇ ਇਸ ਤਰ੍ਹਾਂ ਚਲੋ ਦਿਨ ਦਾ ਜਾਂ ਰਾਤ ਦਾ ਜਿਹੋ ਜਿਹਾ ਸਮਾਂ ਹੋਊਗਾ ਕੋਸ਼ਿਸ਼ ਕਰਾਂਗੇ ਰਾਤ ਦਾ ਹੀ ਦੀਵਾਨ ਲਾਈਏ, ਪਰ ਦਿਨੇ ਵੀ ਹੋ ਸਕਦਾ ਕਿ ਮੌਸਮ ਥੋੜ੍ਹਾ ਠੰਡਾ ਹੋ ਜਾਂਦਾ। ਸੋ ਇਸ ਤਰ੍ਹਾਂ 15 ਤਰੀਕ ਨੂੰ, ਪਹਿਲਾਂ ਤਾਂ ਅੱਜ ਹੋ ਗਈ 30, ਕੱਲ੍ਹ 31, 1 ਤਰੀਕ ਨੂੰ ਬੰਦੀ ਛੋੜ ਸਤਿਗੁਰੂ, ਉਹਨਾਂ ਦੀ ਯਾਦ ਵਿੱਚ ਜਰਗ ਸਾਹਿਬ ਦੀਵਾਨ ਲੱਗੇਗਾ ਦੁਪਹਿਰੇ 12 ਤੋਂ 2 ਵਜੇ ਤੱਕ 1 ਤਰੀਕ ਨੂੰ। ਉਸ ਤੋਂ ਬਾਅਦ 15 ਤਰੀਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਦਿਹਾੜਾ, ਉਹ ਵੀ ਆਪਾਂ ਦਿਨੇ ਮਨਾਉਣਾ ਹੈ 12 ਵਜੇ ਤੋਂ ਲੈ ਕੇ 2-3 ਵਜੇ ਤੱਕ। ਅਤੇ ਇਸ ਤਰ੍ਹਾਂ ਪ੍ਰੋਗਰਾਮ ਅੱਗੇ ਅੱਗੇ ਜੋ ਹੋਣਗੇ, ਅਹਿਮਦਗੜ੍ਹ ਦੀਵਾਨ ਹਨ ਉਹ 16, 17, 18 3 ਦਿਨ ਨਵੰਬਰ ਦੇ ਸਾਤ ਤੱਕ, ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਰਾਤ ਦੇ ਦੀਵਾਨ ਹਨ, ਉਹਨਾਂ ਦਾ ਸਮਾਂ ਵੀ ਇਹੀ ਹੈ। ਇਹ ਉੱਥੇ ਦੀਵਾਨ ਮੇਰਾ ਖਿਆਲ ਹੈ ਘੱਟੋ ਘੱਟ 40 ਸਾਲ ਬਾਅਦ ਲਾਉਣ ਲੱਗੇ ਹਾਂ, ਜੈਦਾਰ ਮਹਾਰਾਜ ਜੀ ਨੇ ਲਾਏ ਨੇ ਉੱਥੇ ਦੀਵਾਨ, ਉਦੋਂ ਬਾਅਦ ਨਹੀਂ ਲੱਗੇ ਹਨ, ਹੁਣ ਲੱਗ ਰਹੇ ਆ 3 ਦਿਨ 16, 17, 18
ਅਤੇ ਇਸ ਤਰ੍ਹਾਂ ਬਾਕੀ ਦਿੱਲੀ ਦਾ ਦੀਵਾਨ 9 ਤਰੀਕ ਦਾ ਹੈ। 9 ਤਰੀਕ ਜਾਣੀ 9 ਨਵੰਬਰ ਸ਼ਨਿਚਰਵਾਰ ਦਿੱਲੀ ਦੀਵਾਨ ਹੋਵੇਗਾ। ਇਹ ਪ੍ਰੋਗਰਾਮ ਜਿਵੇਂ ਬਘੌਰ ਸਾਹਿਬ ਉੱਥੇ ਦੀਵਾਨ ਹੁੰਦਾ ਰਾਤ ਦਾ, ਉਹ ਹੁੰਦਾ ਆਖਰੀ ਸ਼ਨਿਚਰਵਾਰ। ਪਹਿਲਾ ਸ਼ਨਿਚਰਵਾਰ ਦਿੱਲੀ, ਆਖਰੀ ਸ਼ਨਿਚਰਵਾਰ ਬਘੌਰ ਸਾਹਿਬ, ਅਤੇ ਐਤਵਾਰ ਨੂੰ ਉੱਥੇ ਆਸਾਈ ਵਾਰ ਦਾ ਸੰਪੂਰਨ ਕੀਰਤਨ, ਅਤੇ ਉੱਥੇ ਸੇਵਾ ਵੀ ਚੱਲ ਰਹੀ ਹੈ ਭਾਈ। ਕੁਛ ਕਮਰੇ ਬਣਾਉਣੇ ਸ਼ੁਰੂ ਕੀਤੇ ਹਨ, ਬੇਅੰਤ ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰ ਰਹੀਆਂ ਹਨ, ਕਿਉਂਕਿ ਆਪਾਂ ਨੇ 50ਵੀਂ ਬਰਸੀ ਜੋ ਮਹਾਰਾਜ ਦੀ ਆ ਰਹੀ ਹੈ ਵੱਡੇ ਮਹਾਰਾਜ ਦੀ, ਉਹ ਜਲ ਪ੍ਰਵਾਹ ਦੇ ਉੱਥੇ ਵੱਡੀ ਪੱਧਰ 'ਤੇ ਮਨਾਇਆ ਜਾਣਾ, ਉਹਦੇ ਵਾਸਤੇ ਤਿਆਰੀਆਂ ਕਰ ਰਹੇ ਹਾਂ। ਵਾਹਿਗੁਰੂ ਜਿਵੇਂ ਜਾਣੇ, ਫੁਰਨੇ ਤਾਂ ਜਗਿਆਸੂਆਂ ਦੇ ਹੁੰਦੇ ਹੀ ਨੇ, ਪਰ ਉਹ ਫੁਰਨੇ ਪੂਰੇ ਹੋਣੇ ਜਾਂ ਨਾ ਹੋਣੇ ਸਤਿਗੁਰੂ ਜਾਣਨ, ਚਾਹੁਣ ਤਾਂ ਉਹ ਕਰ ਦੇਣ। ਅਰਦਾਸਾਂ ਜ਼ਰੂਰ ਨੇ ਵੀ ਮਹਾਰਾਜ ਚਾਹ ਹੈ ਵੀ 50ਵੀਂ ਬਰਸੀ ਸਾਰੇ ਰਲ ਕੇ ਆਪਾਂ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਏ। ਆਓ ਸਮਾਪਤੀ ਕਰੀਏ ਅਨੰਦ ਸਾਹਿਬ, ਫਿਰ ਗੁਰੂ ਸਤੋਤ ਵਿੱਚ ਬੋਲਣਾ ਜੀ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਦੋਸਤਾਂ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ, ਹਰ ਨਾਲ ਤੂੰ ਮਨ ਮੇਰੇ ਦੁੱਖ ਸਭ ਤਾਰਨਾ, ਕਹਿ ਨਾਨਕ ਮਨ ਮੇਰੇ ਸਦਰ ਹਰ ਪਾਸੇ, ਸਦਾ ਸਿਮ ਸਲਾਹ ਤੇਰੀ ਨਾ ਮਨ ਵਸਾਵੇ, ਆਚਾ ਨਾਮ ਮੇਰਾ ਆਧਾਰੂ, ਆਚਾ ਨਾਮ ਆਧਾਰ ਮੇਰਾ ਜਨ ਦੁੱਖਾਂ ਸਭ ਗਵਾਈਆਂ, ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ, ਪੰਚ ਦੋਤ ਸੁਦਵਾਸ ਕੀਤੇ ਕਾਲ ਕੰਟਕ ਮਾਰਿਆ, ਆਹ
ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਸਾਜਨ ਭਏ ਸਤੇ ਪੂਰੇ ਗੁਰ ਤੇ ਜਾਣੀ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰ ਅਮਰਦਾਸ ਜੀ ਧਨ ਹੈ ਧੰਨ ਹੈ
ਹੈ ਧਨ ਹੈ, ਤੇਰਾ ਪੰਥ ਪਾਲ ਦਾ ਧਨ ਹੈ। ਸਤਿ ਨਾਮ ਸ੍ਰੀ ਵਾਹਿਗੁਰੂ ਬੋਲ, ਸਤਿ